ਪੰਜਾਬੀ ਗੀਤ ਸੰਗੀਤ ਨੂੰ ਪਿਆਰ ਮੁਹੱਬਤ ਕਰਨ ਵਾਲੇ ਸਾਰੇ ਸੰਸਾਰ ਵਿੱਚ ਵਸਦੇ ਦੋਸਤੋ, ਅੱਜ ਤੋਂ ਪੂਰੇ 20 ਸਾਲ ਪਹਿਲਾਂ ਮੈਂ ਆਪਣੀ ਪਹਿਲੀ ਐਲਬਮ ਚਿੱਠੀਏ ਨੀ ਚਿੱਠੀਏ ਨਾਲ ਪੰਜਾਬੀ ਗਾਇਕੀ ਦੀ ਦਹਿਲੀਜ਼ ਉੱਤੇ ਦਸਤਕ ਦਿੱਤੀ ਸੀ। ਤੁਹਾਡੀ ਹੱਲਾਸ਼ੇਰੀ ਅਤੇ ਹੌਸਲਾ ਅਫਜ਼ਾਈ ਸਦਕਾ ਅੱਜ ਫਿਰ ਤੁਹਾਡਾ ਆਪਣਾ ਮੈਂ ਹਰਭਜਨ ਮਾਨ ਅਤੇ ਮੇਰਾ ਛੋਟਾ ਵੀਰ ਗੁਰਸੇਵਕ ਮਾਨ, ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੈਦੇਵ ਕੁਮਾਰ ਦੇ ਸਹਿਯੋਗ ਅਤੇ ਪੰਜਾਬੀ ਜ਼ੁਬਾਨ ਦੇ ਲੈਜੈਂਡਰੀ ਗੀਤਕਾਰ ਬਾਬੂ ਸਿੰਘ ਮਾਨ ਮਰਾੜਾ ਵਾਲਾ ਅਤੇ ਸਵਰਗਵਾਸੀ ਸ਼੍ਰੋਮਣੀ ਕਮਿਸ਼ਨਰ ਕਰਨੈਲ ਸਿੰਘ ਪਾਰਸ ਦੀਆਂ ਰਚਨਾਵਾਂ ਨਾਲ ਪੰਜਾਬ ਦੇ ਲੋਕ ਰੰਗ ਵਿੱਚ ਰੰਗੀ ਹੋਈ ਆਪਣੀ ਨਵੀਂ ਐਲਬਮ ਸਤਰੰਗੀ ਪੀਂਗ 2 ਲੈ ਕੇ ਹਾਜ਼ਰ ਹੋ ਰਿਹਾ ਹਾਂ, ਇੱਕ ਯਾਦਗਾਰ ਵਜੋਂ, ਕਿਉਂਕਿ ਇਨਸਾਨ ਦੀਆਂ ਪਿੱਛੇ ਯਾਦਾਂ ਹੀ ਤਾਂ ਰਹਿ ਜਾਣੀਆਂ ਨੇ। ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ, ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ, ਮਰ ਗਿਆ ਤੇ ਮਗਰੋਂ ਲੋਕੀ ਪਾਉਂਦੇ ਕਹਾਣੀਆਂ, ਮਾਨਾ ਮਰ ਜਾਣਾ ਓਏ ਪਿੱਛੇ ਯਾਦਾਂ। ਜਾਈਏ ਹਾਣੀਆਂ